अज ये बहुत सीरीयस मुद्दा है, समझ नहीं रहे कुछ लोग कि ये कितनी सीरीयस गल है, क्योंकि ये अपने भविख की गल है, यूथ के भविख की गल है। थोड़े लिए थोड़े बजुर्ग इतने सड़कों पर अज रोते पे ने, हक की गल करते पे ने, ताकि कल थोनू कोई प्रॉब्लम ना आए। ਅਸੀਂ ਦੇਖਿਆ ਵੀ ਜਿੱਥੇ ਸਿੰਗਰ ਜਿਹੜੇ ਅਸੀਂ ਆਏ ਕਿਸਾਨਾਂ ਦੇ ਹੱਕ 'ਚ ਡਟ ਕੇ ਆਏ, ਉੱਥੇ ਬੜੇ ਨੌਜਵਾਨ ਜਿਹੜੇ ਸੀ ਉਹ ਕਿਸਾਨਾਂ ਦੇ ਧਰਨੇ 'ਚ ਨਹੀਂ ਆਏ। ਉਹ ਕਹਿ ਸਕਦੇ ਹਾਂ ਜਿਹੜੇ ਉੱਥੇ ਕਲਾਕਾਰ ਆਏ ਸੀ ਉਹਨਾਂ ਨਾਲ ਸੈਲਫੀਆਂ ਲਵਾਉਣ ਆਏ ਸੀ, ਫੋਟੋ ਲਵਾਉਣ ਆਏ ਸੀ। ਕੀ ਇਹ ਲੱਗਦਾ ਨਹੀਂ ਉਹਨਾਂ ਨੂੰ ਕਿਉਂ ਨਹੀਂ ਉਹ ਸੀਰੀਅਸ ਹੋ ਰਹੇ ਪੰਜਾਬ ਵਾਸਤੇ, ਕਿਉਂ ਉਹਨਾਂ ਵਾਸਤੇ ਜਿਹੜੇ ਕਿਸਾਨ ਨੇ ਡਟ ਰਹੇ ਨੇ, ਪਰ ਜਿਹੜੇ ਨੌਜਵਾਨ ਅਜੇ ਵੀ ਕਿਤੇ ਅਜੇ ਵੀ ਸੈਲਫੀਆਂ ਵਿੱਚ ਹੀ ਖੋਇਆ ਹੋਇਆ ਉਹ ਉੱਪਰੋਂ ਉੱਪਰੋਂ ਹੀ ਵੀ ਹਾਂ ਧਰਨਿਆਂ 'ਤੇ ਚੱਲੇ ਆ ਜੀ। ਚਲੋ ਜੀ, ਕਲਾਕਾਰਾਂ ਦਾ ਇੱਥੇ ਰੋਡ 'ਤੇ ਗਰਾਊਂਡ 'ਤੇ ਉਤਰਨ ਦਾ ਫਾਇਦਾ ਤਾਂ ਹੀ ਆ ਜੇ ਅਸੀਂ ਇਹ ਗੱਲ ਤੁਹਾਡੇ ਤੱਕ ਪਹੁੰਚਾਈ ਨਾ, ਤਾਂ ਸਾਡਾ ਵੀ ਕੋਈ ਫਾਇਦਾ ਨਹੀਂ ਹੋਣਾ ਇਸ ਗੱਲ ਦਾ। ਉਹਨਾਂ ਨੂੰ ਲੱਗ ਰਿਹਾ ਕਿ ਬਜ਼ੁਰਗ ਬੈਠੇ ਨੇ, ਠੀਕ ਆ, ਆਪ ਦੀ ਗੱਲ ਕਰਦੇ ਹੋਣਗੇ। ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਇੱਕ ਵਾਰ ਫਿਰ ਤੋਂ ਹਰਜੀਤ ਗਰੇਵਾਲ ਸਵਾਗਤ ਕਰਦਾ ਹਾਂ। ਜਿੱਥੇ RDS ਦੀ ਬਿੱਲਾਂ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਵਿੱਚ ਜਿਹੜਾ ਵਾ ਉਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਪੱਟੜੀਆਂ 'ਤੇ, ਜਿੱਥੇ ਵੱਖ ਵੱਖ ਪਾਰਟੀਆਂ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਸਿੰਗਰਾਂ ਵੱਲੋਂ ਕੀਤਾ ਜਾ, ਉੱਥੇ ਅੱਜ ਅੰਮ੍ਰਿਤਸਰ ਦੇ ਜਿਹੜੇ ਕਹਿ ਸਕਦੇ ਹਾਂ ਜਿਹੜੇ ਅਦਾਕਾਰ ਨੇ ਜਪਜੀ ਖਹਿਰਾ ਵੱਲੋਂ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ, ਗੱਲਬਾਤ ਕਰ ਰਹੇ ਹਾਂ। ਜਪਜੀ ਖਹਿਰਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬੀ ਲੋਕ ਚੈਨਲ। ਥੈਂਕ ਯੂ। ਅੱਜ ਕੇਸੀ ਰੰਗ ਦੀਆਂ ਚੁੰਨੀਆਂ ਲੈ ਕੇ ਕਿਉਂ ਹੀ ਜਿਹੜਾ ਪ੍ਰਦਰਸ਼ਨ ਕੀਤਾ ਜਾ ਤੁਹਾਡੇ? ਅੱਜ ਕੱਲ੍ਹ ਦੇਖੋ ਜੀ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ, ਤੋ ਉਹਨਾਂ ਨੂੰ ਇੱਕ ਟ੍ਰਿਬਿਊਟ ਹੈ ਕਿ ਜਿਹੜੀਆਂ ਭੈਣਾਂ ਨੇ ਉਹ ਅੱਜ ਕੇਸਰੀ ਚੁੰਨੀਆਂ ਲੈ ਕੇ ਆਉਣ, ਅਤੇ ਕੱਲ੍ਹ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਕੱਲ੍ਹ ਉਹ ਘੁੰਮਾ ਕੇ ਪਹੁੰਚਣ ਕੇਸਰੀ ਪੱਗਾਂ ਬੰਨ ਕੇ। ਸਿੰਗਰਾਂ ਵੱਲੋਂ ਵੀ ਜਿਹੜਾ ਵਾ ਕਿਸਾਨਾਂ ਹੱਕ ਜੀ ਡਟ ਕੇ ਆਏ ਨੇ ਜਿੱਥੇ ਕੱਲ੍ਹ ਸ਼ੰਭੂ ਬੈਰੀਅਰ 'ਤੇ, ਉੱਥੇ ਅੱਜ ਤੁਹਾਡੇ ਵੱਲੋਂ ਵੀ ਤੁਸੀਂ ਅੱਜ ਦੀ ਗਰਮੀ ਵਿੱਚ ਆ ਕੇ ਜਿਹੜੀਆਂ ਭੈਣਾਂ ਨਾਲ ਡਟ ਕੇ ਖੜ੍ਹੇ ਹੋ, ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਗੱਲ ਆ। ਪੰਜਾਬ ਦੇ ਵਿੱਚ ਜਿੱਥੇ ਵੀ ਤੁਸੀਂ ਦੇਖੋ ਧਰਨੇ ਲੱਗ ਰਹੇ ਨੇ, ਹਰ ਇੱਕ ਜਥੇਬੰਦੀਆਂ ਕਿਸਾਨੀ ਜਥੇਬੰਦੀਆਂ ਜਿਹੜੇ ਇਹ ਧਰਨੇ ਲਾ ਰਹੇ ਨੇ ਕਿਸਾਨ ਦੇ ਲਈ, ਮਜ਼ਦੂਰਾਂ ਦੇ ਲਈ ਆਵਾਜ਼ ਉਠਾਈ ਜਾ ਰਹੀ ਆ, ਸੰਘਰਸ਼ ਕੀਤਾ ਜਾ ਰਿਹਾ, ਅਤੇ ਸਾਰਿਆਂ ਨੂੰ ਇੱਕਜੁੱਟ ਹੋ ਕੇ ਹੁਣ ਇਕੱਠੇ ਹੋ ਕੇ ਇਹ ਜਿਹੜੀ ਆ ਇਹ ਲੜਾਈ ਲੜਨੀ ਚਾਹੀਦੀ। ਲੱਗਦਾ ਨੇ ਵੀ ਜਿਹੜਾ ਅੰਨਦਾਤਾ ਵਾ ਕਿਸਾਨ, ਜਿਹੜਾ ਪੂਰੇ ਪੰਜਾਬ ਨੂੰ ਪੂਰੇ ਦੇਸ਼ ਨੂੰ ਜਿਹੜਾ ਰੋਟੀ ਦਿੰਦਾ ਸੀ, ਅੱਜ ਸੜਕਾਂ 'ਤੇ ਖਾਸ ਕਰਕੇ ਜਿਹੜੀਆਂ ਪਟੜੀਆਂ 'ਤੇ ਬਹਿਣ ਨੂੰ ਮਜਬੂਰ ਹੋ ਗਿਆ ਵਾ ਮੋਦੀ ਸਰਕਾਰ ਨੇ ਕਰਤਾ। ਬਿਲਕੁਲ ਮਜਬੂਰ ਹੋ ਗਏ ਹਾਂ ਜਿਹੜੀਆਂ ਸਾਡੀਆਂ ਮਾਈਆਂ ਬੀਬੀਆਂ ਭੈਣਾਂ ਨੇ ਇਹ ਚੁੱਲ੍ਹਾ ਚੌਂਕਾ ਛੱਡ ਕੇ ਅੱਜ ਸੜਕਾਂ 'ਤੇ ਪਟੜੀਆਂ 'ਤੇ ਬੈਠੀਆਂ ਨੇ, ਆਪਣੀ ਆਵਾਜ਼ ਰੱਖ ਰਹੀਆਂ ਨੇ, ਕਿਉਂਕਿ ਇਹ ਇਹਨਾਂ ਨੂੰ ਪਤਾ ਆ ਵੀ ਆਉਣ ਵਾਲਾ ਜਿਹੜਾ ਸਮਾਂ ਆ ਉਹ ਜਦੋਂ ਪ੍ਰਾਈਵੇਟ ਸੈਕਟਰਾਂ ਨੇ ਆਪਣੀਆਂ ਜ਼ਮੀਨਾਂ ਆਪਣੇ ਕਬਜ਼ੇ 'ਚ ਲੈ ਲਈਆਂ, ਅਤੇ ਬਹੁਤ ਮਾੜਾ ਸਮਾਂ ਆਉਣ ਵਾਲਾ, ਖਾਸ ਕਰਕੇ ਨੌਜਵਾਨਾਂ ਦੇ ਭਵਿੱਖ ਲਈ ਇਹ ਗੱਲ ਕੀਤੀ ਜਾ ਰਹੀ ਹੈ, ਪਰ ਨੌਜਵਾਨ ਅਜੇ ਉਸ ਤਦਾਦ ਦੇ ਵਿੱਚ ਸਮਝ ਨਹੀਂ ਰਹੇ ਇਸ ਗੱਲ ਨੂੰ, ਸੋ ਉਹਨਾਂ ਦਾ ਵੀ ਇਸ ਸੰਘਰਸ਼ ਦੇ ਵਿੱਚ ਸ਼ਾਮਿਲ ਹੋਣਾ ਬਹੁਤ ਜ਼ਰੂਰੀ ਆ। ਪਰ ਲੱਗਦਾ ਨੇ ਜਿੱਥੇ ਕਿਸਾਨ ਬਜ਼ੁਰਗ ਜਾਂ ਭੈਣਾਂ ਜਿਹੜੀਆਂ ਘਰੋਂ ਆ ਗਈਆਂ ਵਾ, ਇੱਥੇ ਨੌਜਵਾਨ ਜਿਹੜੀ ਹਜੇ ਵੀ ਬਹੁਤ ਕਮੀ ਆ, ਨੌਜਵਾਨ ਹੀ ਦਿਖਾਈ ਦੇ ਰਹੇ ਕਿਤੇ, ਕਿ ਲੱਗਦਾ ਨਹੀਂ ਜੇਕਰ ਕਿਤੇ ਸਿੰਗਰ ਦੀ ਲੜਾਈ ਹੁੰਦੀ ਤਾਂ ਬੜੇ ਵੱਧ ਚੜ ਕੇ ਨੌਜਵਾਨ ਨੇ ਪਹੁੰਚਣਾ ਸੀ, ਅੱਜ ਜੇ ਕਿਸਾਨਾਂ ਦੀ ਲੜਾਈ ਆ ਜ਼ਮੀਨਾਂ ਲੜਾਈ ਆ ਉੱਥੇ ਨਹੀਂ ਕਿਸਾਨ ਜਿਹੜੇ ਨੌਜਵਾਨ ਪਹੁੰਚ ਰਹੇ। ਹਾਂਜੀ, ਮੈਂ ਸਾਹਮਣੇ ਵੀ ਦੇਖ ਰਹੀ ਹਾਂ, ਮੈਂ ਜਿੱਧਰ ਵੀ ਦੇਖ ਰਹੀ ਹਾਂ ਮੈਨੂੰ ਬਜ਼ੁਰਗ ਹੀ ਦਿਖਾਈ ਦੇ ਰਹੇ ਨੇ, ਸਾਹਮਣੇ ਵੀ ਪਟੜੀਆਂ 'ਤੇ ਬੈਠੇ ਹੋਏ ਨੇ, ਇੱਥੇ ਮੇਰੇ ਨਾਲ ਬੀਬੀਆਂ ਬੈਠੀਆਂ ਨੇ, ਭੈਣਾਂ ਬੈਠੀਆਂ ਨੇ, ਮੈਂ ਜਿੱਧਰ ਵੀ ਦੇਖ ਰਹੀ ਹਾਂ ਮੈਨੂੰ ਬਜ਼ੁਰਗ ਹੀ ਦਿਖਾਈ ਦੇ ਰਹੇ ਨੇ, ਸਾਹਮਣੇ ਵੀ ਪਟੜੀਆਂ 'ਤੇ ਬੈਠੇ ਨੇ, ਇੱਧਰ ਵੀ ਖੜ੍ਹੇ ਨੇ, ਪਿੱਛੇ ਮੇਰੇ ਨਾਲ ਬੀਬੀਆਂ ਬੈਠੀਆਂ ਨੇ, ਅਤੇ ਨੌਜਵਾਨ ਬਿਲਕੁਲ ਘੱਟ ਆ, ਬਟ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਇਸ ਨੈੱਟ ਦੇ ਜ਼ਮਾਨੇ ਦੇ ਵਿੱਚ ਆਪਾਂ ਬਹੁਤ ਸਾਰੀ ਅਵੇਅਰਨੈਸ ਫੈਲਾ ਸਕਦੇ ਹਾਂ। ਜਿੱਦਾਂ ਤੁਸੀਂ ਕਹਿੰਦੇ ਹੋ ਕਿ ਅਗਰ ਕੋਈ ਕਲਾਕਾਰ ਦਾ ਹੁੰਦਾ ਪ੍ਰੋਗਰਾਮ ਜਾਂ ਕੁਛ ਵੀ ਹੁੰਦਾ ਅਤੇ ਉਹਨਾਂ ਨੇ ਵੱਧ ਚੜ੍ਹ ਕੇ ਸਪੋਰਟ ਕਰਨੀ ਸੀਗੀ, ਲੇਕਿਨ ਅੱਜ ਇਹ ਬਹੁਤ ਸੀਰੀਅਸ ਮੁੱਦਾ ਆ, ਸਮਝ ਨਹੀਂ ਰਹੇ ਕੁਛ ਲੋਕ ਕਿ ਇਹ ਕਿੰਨੀ ਸੀਰੀਅਸ ਗੱਲ ਆ, ਕਿਉਂਕਿ ਇਹ ਆਪਣੇ ਭਵਿੱਖ ਦੀ ਗੱਲ ਹੈ, ਯੂਥ ਦੇ ਭਵਿੱਖ ਦੀ ਗੱਲ ਹੈ, ਤੁਹਾਡੇ ਲਈ ਤੁਹਾਡੇ ਬਜ਼ੁਰਗ ਇੱਥੇ ਸੜਕਾਂ 'ਤੇ ਅੱਜ ਰੁਲਦੇ ਪਏ ਨੇ, ਹੱਕ ਦੀ ਗੱਲ ਕਰਦੇ ਪਏ ਨੇ, ਤਾਂ ਕਿ ਕੱਲ੍ਹ ਨੂੰ ਤੁਹਾਨੂੰ ਕੋਈ ਪ੍ਰੋਬਲਮ ਨਾ ਆਏ, ਸੋ ਫਰਜ਼ ਬਣਦਾ ਹੈ ਵੀ ਨਾਲ ਆਣ ਕੇ ਇਹਨਾਂ ਦੇ ਖੜੀਏ। ਕੱਲ੍ਹ ਅਸੀਂ ਦੇਖਿਆ ਵੀ ਜਿੱਥੇ ਸਿੰਗਰ ਜਿਹੜੇ ਅਸੀਂ ਆਏ ਕਿਸਾਨਾਂ ਦੇ ਹੱਕ 'ਚ ਡਟ ਕੇ ਆਏ, ਉੱਥੇ ਬੜੇ ਨੌਜਵਾਨ ਜਿਹੜੇ ਸੀ ਉਹ ਕਿਸਾਨਾਂ ਦੇ ਧਰਨੇ 'ਚ ਨਹੀਂ ਆਏ, ਉਹ ਕਹਿ ਸਕਦੇ ਹਾਂ ਜਿਹੜੇ ਉੱਥੇ ਕਲਾਕਾਰ ਆਏ ਸੀ ਉਹਨਾਂ ਨਾਲ ਸੈਲਫੀਆਂ ਲਵਾਉਣ ਆਏ ਸੀ, ਫੋਟੋ ਲਵਾਉਣ ਆਏ ਸੀ। ਕੀ ਇਹ ਲੱਗਦਾ ਨਹੀਂ ਉਹਨਾਂ ਨੂੰ ਕਿਉਂ ਨਹੀਂ ਉਹ ਸੀਰੀਅਸ ਹੋ ਰਹੇ ਪੰਜਾਬ ਵਾਸਤੇ, ਕਿਉਂ ਉਹਨਾਂ ਵਾਸਤੇ ਜਿਹੜੇ ਕਿਸਾਨ ਨੇ ਡਟ ਰਹੇ ਨੇ, ਪਰ ਜਿਹੜੇ ਨੌਜਵਾਨ ਅਜੇ ਵੀ ਕਿਤੇ ਅਜੇ ਵੀ ਸੈਲਫੀਆਂ ਵਿੱਚ ਹੀ ਖੋਇਆ ਹੋਇਆ? ਮੈਨੂੰ ਲੱਗਦਾ ਸ਼ਾਇਦ ਅਜੇ
ਉਹਨਾਂ ਨੂੰ ਸਮਝ ਨਹੀਂ ਆਈ ਜਾਂ ਕਿਸੇ ਨੇ ਸਮਝਾਇਆ ਨਹੀਂ ਜਾਂ ਉਹ ਸਮਝਣਾ ਨਹੀਂ ਚਾਹੁੰਦੇ ਕਿ ਇਹ ਕਿੰਨੀ ਸੀਰੀਅਸ ਗੱਲ ਹੈ। ਜਿਹੜੇ 3 ਬਿੱਲ ਪਾਸ ਹੋਏ, ਮੈਨੂੰ ਲੱਗਦਾ ਬਿੱਲਾਂ ਦਾ ਵੀ ਪਤਾ ਨਹੀਂ ਉਹਨਾਂ ਨੂੰ, ਸ਼ਾਇਦ ਡੀਟੇਲਸ ਦੇ ਵਿੱਚ ਵੀ ਇਹ ਐਂਡ ਆਫ ਦਾ ਡੇ ਇਹਦਾ ਕੀ ਰਿਜ਼ਲਟ ਨਿਕਲਣਾ ਆ। ਉਹ ਉੱਪਰੋਂ ਉੱਪਰੋਂ ਹੀ ਵੀ ਹਾਂ ਧਰਨਿਆਂ 'ਤੇ ਚੱਲੇ ਹਾਂ ਜੀ, ਚਲੋ ਜੀ ਕਈ ਤਾਂ ਹੋਣਗੇ ਜ਼ਰੂਰ। ਉਹਨਾਂ ਨੂੰ ਮੈਂ ਧੰਨਵਾਦ ਕਰਦੀ ਹਾਂ, ਸਾਰੇ ਪੰਜਾਬ ਵੱਲੋਂ ਉਹਨਾਂ ਦਾ ਥੈਂਕਸ ਕਰਦੀ ਹਾਂ ਵੀ ਤੁਸੀਂ ਜਿੰਨੇ ਵੀ ਨੌਜਵਾਨ ਜਿਹੜੇ ਹੁਣ ਤੱਕ ਸਾਥ ਦੇ ਰਹੇ ਨੇ, ਕਈ ਨੌਜਵਾਨਾਂ ਨੇ ਸਾਥ ਦਿੱਤਾ ਜਿੱਦਾਂ ਤੁਸੀਂ ਸ਼ੰਭੂ ਬਾਰਡਰ ਦੀ ਗੱਲ ਕਰ ਰਹੇ ਹੋ ਉੱਥੇ ਵੀ, ਔਰ ਬਟ ਬਹੁਤ ਹੱਦ ਤੱਕ ਯੂਥ ਨੂੰ ਇਹਦੀ ਸੀਰੀਅਸਨੈਸ ਨਹੀਂ ਗੱਲ ਦੀ ਪਤਾ ਹੈਗੀ ਕਿ ਕਿੰਨੀ ਕ੍ਰਿਟੀਕਲ ਸਟੇਜ ਹੈਗੀ ਆ। ਇਹਦੇ ਬਾਰੇ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਆ ਤਾਂ ਕਿ ਕੱਲ੍ਹ ਨੂੰ ਇਹ ਤੁਹਾਡੇ ਭਵਿੱਖ ਨੂੰ ਕਿਹਨੂੰ ਕਹਿੰਦੇ ਨੇ, ਬਿਲਕੁਲ ਤੁਹਾਡੇ ਭਵਿੱਖ ਨੂੰ ਨਹੀਂ, ਮੈਂ ਇੱਕ ਨਾ ਵਰਡ ਬਹੁਤ ਜ਼ਰੂਰੀ ਆ ਮੈਂ ਕਹਿਣਾ ਚਾਹੁੰਦੀ ਹਾਂ ਇੱਥੇ, ਭਵਿੱਖ ਨੂੰ ਸਿਕਿਓਰ ਕਰ ਸਕੇ। ਹਾਂ, ਅਤੇ ਇਸ ਸਿਕਿਉਰਿਟੀ ਦੀ ਗੱਲ ਕੀਤੀ ਜਾ ਰਹੀ ਆ ਆਉਣ ਵਾਲੇ ਨੌਜਵਾਨਾਂ ਲਈ, ਤੁਹਾਡੇ ਬਜ਼ੁਰਗ ਬੈਠੇ, ਤੁਹਾਡਾ ਵੀ ਬਣਦਾ ਆ ਕਿ ਪਲੀਜ਼ ਤੁਸੀਂ ਆਣ ਕੇ ਸਾਥ ਦਿਓ। ਸਾਡੇ ਕਲਾਕਾਰਾਂ ਦਾ ਇੱਥੇ ਰੋਡ 'ਤੇ ਗਰਾਊਂਡ 'ਤੇ ਉਤਰਨ ਦਾ ਫਾਇਦਾ ਤਾਂ ਹੀ ਆ ਜੇ ਅਸੀਂ ਇਹ ਗੱਲ ਤੁਹਾਡੇ ਤੱਕ ਪਹੁੰਚਾਈ ਨਾ, ਤਾਂ ਸਾਡਾ ਵੀ ਕੋਈ ਫਾਇਦਾ ਨਹੀਂ ਹੋਣਾ ਇਸ ਗੱਲ ਦਾ, ਕਿਉਂਕਿ ਐਂਡ ਆਫ ਦਾ ਡੇ ਸਿਰਫ ਕਿਸਾਨਾਂ ਨੂੰ, ਸਿਰਫ ਮਜ਼ਦੂਰਾਂ ਨੂੰ ਇਹ ਚੀਜ਼ ਅਫੈਕਟ ਕਰਨ ਵਾਲੀ ਨਹੀਂ। ਜਿਹੜੇ ਕੰਜ਼ਿਊਮ ਕਰਦੇ ਨੇ, ਜਿਹੜੇ ਅੰਨ ਖਾਂਦੇ ਨੇ, ਅੰਨ ਖਰੀਦਦੇ ਨੇ, ਉਹਨਾਂ 'ਤੇ ਵੀ ਇਹ ਚੀਜ਼ ਬਹੁਤ ਬੁਰੀ ਤਰ੍ਹਾਂ ਬਹੁਤ ਭਾਰੀ ਪੈਣ ਵਾਲੀ ਆ। ਲੱਗਦਾ ਨਹੀਂ ਜਦੋਂ ਕਿਤੇ ਸਿੰਗਰਾਂ ਦੀ ਆਪਸ 'ਚ ਲੜਾਈ ਹੁੰਦੀ ਆ, ਉਦੋਂ ਜਿਹੜੇ ਫੈਨ ਹੁੰਦੇ ਆ ਬਹੁਤ ਵੱਧ ਚੜ ਕੇ ਫੇਸਬੁੱਕਾਂ 'ਤੇ ਕਮੈਂਟ ਕਰਦੇ ਨੇ, ਲਾਈਵ ਹੁੰਦੇ ਨੇ ਹਰ ਇੰਸਟਾਗ੍ਰਾਮ 'ਤੇ ਕਹਿ ਲਓ, ਜਾਂ ਉਦੋਂ ਬਹੁਤ ਕਿਸੇ ਦੇ ਤਗੜੇ ਹੋ ਕੇ ਗੱਡੀਆਂ ਲੈ ਕੇ ਪਹੁੰਚਦੇ ਵੀ ਅਸੀਂ ਫਲਾਣੇ ਦੇ ਫੈਨ ਆ ਜੀ, ਚੰਡੀਗੜ੍ਹ ਪਹੁੰਚ ਜਾਈਏ, ਫਲਾਣੀ ਜਗ੍ਹਾ ਪਹੁੰਚ ਜਾਈਏ। ਪਰ ਅੱਜ ਜੇ ਲੋੜ ਆ ਅੰਨਦਾਤਾ ਦੀ, ਕਿ ਅਸੀਂ ਦੇਖਿਆ ਵੀ ਬਜ਼ੁਰਗ ਮਾਤਾ ਜਿਹੜੀਆਂ ਵਾ, ਭੈਣਾਂ ਜਿਹੜੀਆਂ ਆਈਆਂ ਐਡੀ ਗਰਮੀ 'ਚ, ਅਤੇ ਪਰ ਨੌਜਵਾਨ ਘਰ ਵੀ ਲੱਗਦਾ ਅੱਜ ਵੀ ਕਿ ਸੁੱਤੇ ਹੋਣੇ ਆ ਜਾਂ ਕਿਤੇ ਉਹ ਅੱਜ ਵੀ ਇੱਥੇ ਨਹੀਂ ਆਈ। ਕਿੱਥੇ ਗਏ ਜਿਹੜੇ ਨੌਜਵਾਨ ਸਾਡੀ, ਕਿੱਥੇ ਗਏ ਜਿਹੜੀ ਜਵਾਨ ਦੀ ਪੀੜ੍ਹੀ ਜਿਹੜੀ ਕਹਿ ਸਕਦੇ ਹਾਂ ਕਿ ਜੈ ਜਵਾਨ ਜੈ ਕਿਸਾਨ, ਕਿੱਥੇ ਗਏ ਨੇ? ਸ਼ਾਇਦ ਉਹਨਾਂ ਨੂੰ, ਮੈਂ ਜਿੱਦਾਂ ਪਹਿਲਾਂ ਤੁਹਾਨੂੰ ਇਹ ਗੱਲ ਕਹੀ ਆ ਵੀ ਸ਼ਾਇਦ ਉਹਨਾਂ ਨੂੰ ਇਸ ਗੱਲ ਦੀ ਸੀਰੀਅਸਨੈਸ ਪਤਾ ਨਹੀਂ ਆ ਵੀ ਕਿੰਨੀ ਕ੍ਰਿਟੀਕਲ ਸਟੇਜ ਆ ਔਰ ਕਿੰਨੇ ਸਾਥ ਦੀ ਲੋੜ ਆ। ਪੂਰੇ ਪੰਜਾਬ ਨੂੰ ਇੱਕਜੁੱਟ ਹੋਣ ਦੀ ਲੋੜ ਆ ਤਾਂ ਕਿ ਇਹ ਜਿਹੜਾ ਇੰਨਾ ਸੰਘਰਸ਼ ਚੱਲਣ ਡਿਆ, ਇਹਦਾ ਆਪਾਂ ਹੱਲ ਕੱਢੀਏ, ਜਿਹੜੇ ਬਿੱਲ ਪਾਸ ਹੋਏ ਨੇ ਇਹਨਾਂ ਨੂੰ ਰੱਦ ਕੀਤਾ ਜਾਵੇ। ਉਹਨਾਂ ਨੂੰ ਲੱਗ ਰਿਹਾ ਕਿ ਬਜ਼ੁਰਗ ਬੈਠੇ ਨੇ, ਠੀਕ ਆ, ਆਪਦੀ ਗੱਲ ਕਰਦੇ ਹੋਣਗੇ, ਬਟ ਆਪਾਂ ਨੂੰ ਉਹਨਾਂ ਨੂੰ ਐਜੂਕੇਟ ਕਰਨ ਦੀ ਵੀ ਲੋੜ ਆ। ਅਤੇ ਇਸੇ ਕਰਕੇ ਅੱਜ ਅਸੀਂ ਇੱਥੇ ਆਏ ਵੀ ਹਾਂ, ਪੰਜਾਬ ਦੀ ਧੀ ਹੋਣ ਦੇ ਨਾਤੇ, ਕਿਸਾਨ ਦੀ ਧੀ ਹੋਣ ਦੇ ਨਾਤੇ ਮੈਂ ਆਪਣਾ ਫਰਜ਼ ਸਮਝਦੀ ਤਾਂ ਹੀ ਆਈ ਹਾਂ, ਪਲੱਸ ਇੱਕ ਕਲਾਕਾਰ ਦਾ ਫਰਜ਼ ਵੀ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਜੇ ਮੇਰੇ ਨਾਲ ਜਿਹੜੇ ਲੋਕ ਜੁੜੇ ਨੇ ਉਹ ਐਟਲੀਸਟ ਜਦੋਂ ਮੇਰੀ ਗੱਲ ਸੁਣਨਗੇ ਤਾਂ ਉਹਨਾਂ ਨੂੰ ਸ਼ਾਇਦ ਇਹ ਅਵੇਅਰਨੈਸ ਕ੍ਰੀਏਟ ਹੋਵੇ, ਇਹ ਚੀਜ਼ ਦਾ ਪਤਾ ਲੱਗੇ ਕਿ ਕਿੰਨੀ ਸੀਰੀਅਸ ਗੱਲ ਆ, ਇਹਨੂੰ ਪੜ੍ਹੋ, ਇਹਦੇ ਬਾਰੇ ਜਾਣੋ, ਤੁਹਾਨੂੰ ਤਾਂ ਹੀ ਪਤਾ ਲੱਗੇਗਾ। ਲੱਗਦਾ ਨਹੀਂ ਕਿਸਾਨ ਦਾ ਪੁੱਤਰ ਕਿਤੇ ਅੱਜ ਵੀ ਨਹੀਂ ਦਿਖਾਈ ਦੇ ਰਿਹਾ, ਜਿੱਥੇ ਕਿਸਾਨ ਦੀ ਧੀ ਆ ਰਹੀ ਆ, ਬੇਟੀ ਆ ਜਾਂ ਮਾਂ ਆ, ਸਾਰੇ ਜਿਹੜੇ ਇੱਥੇ ਪਹੁੰਚ ਰਹੇ ਨੇ, ਪਰ ਕਿਸਾਨ ਦਾ ਪੁੱਤਰ ਨਹੀਂ ਦਿਖਾਈ ਦੇ ਰਿਹਾ ਕਿਤੇ। ਉਹ ਲੱਗਦਾ ਨਹੀਂ ਕਿਤੇ ਅੱਜ ਵੀ ਜਿਹੜਾ ਉਹ ਕਿਤੇ ਕਿਤੇ ਉਹ ਪਹੁੰਚ ਗਿਆ ਵਾ, ਵੀ ਉਹ ਕਹਿ ਸਕਦੇ ਹੁਣ ਕਿਤੇ ਸਿੰਗਰ ਦਾ ਫੋਨ ਆ ਜਾਏ, ਕਿਸੇ ਗਾਇਕ ਦਾ ਆ ਜਾਏ, ਉੱਥੇ ਭਜਾਏਗਾ ਅਤੇ ਇੱਥੇ ਨਹੀਂ ਪਹੁੰਚਿਆ ਧੰਨਿਆਂ ਦੇ। ਹਾਂਜੀ, ਕੱਲ੍ਹ ਦੇਖੋ ਜੀ, ਕੱਲ੍ਹ ਵੀਰਾਂ ਨੂੰ, ਮੇਰਿਆਂ ਨੂੰ, ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਕੱਲ੍ਹ ਕੇਸਰੀ ਪੱਗਾਂ ਬੰਨ ਕੇ ਤੁਸੀਂ ਪਹੁੰਚੋ, ਬਿਲਕੁਲ, ਅਤੇ ਸਾਥ ਦਿਓ ਇਸ ਸੰਘਰਸ਼ ਦੇ ਵਿੱਚ। ਕੱਲ੍ਹ ਵੀ ਮੌਕਾ ਹੈਗਾ, ਕੱਲ੍ਹ ਵੀ ਆ ਸਕਦੇ ਨੇ ਉਹ। ਸੋ ਜੇ ਹੁਣ ਟਾਈਮ ਹੱਥੋਂ ਨਿਕਲ ਗਿਆ ਤਾਂ ਫਿਰ ਔਖਾ ਹੋ ਜਾਊਗਾ। ਕੀ ਲੱਗਦਾ ਨਹੀਂ ਜਿੱਥੇ ਵੱਖ ਵੱਖ ਸਿਆਸੀ ਪਾਰਟੀਆਂ, ਚਾਹੇ ਅਕਾਲੀ ਦਲ ਆ, ਚਾਹੇ ਕਾਂਗਰਸ ਆ, ਚਾਹੇ ਆਮ ਪਾਰਟੀ ਦੇ ਜਿਹੜੇ ਆ ਆ ਕੇ ਕਿਸਾਨਾਂ ਦੇ ਹੱਕ ਡਟੇ ਨੇ, ਪਰ ਕਿਤੇ 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 ਗੱਲ ਹੋ ਰਹੀ ਆ ਵੀ ਸਿਆਸਤ ਹੋ ਰਹੀ ਆ, ਕਿ ਲੱਗਦਾ ਨਹੀਂ ਕਿਤੇ ਸਿਆਸਤ ਹੋ ਰਹੀ ਹੈ ਕਿਸਾਨਾਂ ਉੱਤੇ? ਹਾਂਜੀ, ਕੋਈ ਮੈਂ ਪਹਿਲਾਂ ਹੀ ਕਿਹਾ ਕਿ ਇਹ ਅੰਦੋਲਨ ਜਿਹੜਾ ਇਹਨੂੰ ਸਿਆਸੀ ਰੰਗ ਨਾ ਦਿੰਦੇ ਹੋਏ ਆਪਾਂ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀਏ, ਜਿੱਥੇ ਵੀ ਧਰਨੇ ਲੱਗ ਰਹੇ ਆ ਇਹਨਾਂ ਦਾ ਸਾਥ ਦਈਏ। ਅਤੇ ਜੇ ਪੰਜਾਬ ਨਾ ਰਿਹਾ, ਕਿਸਾਨ ਨਹੀਂ ਰਹਿਣਾ, ਕਿਸਾਨ ਨਹੀਂ ਰਹਿਣਾ ਤਾਂ ਸਿਆਸਤਾਂ ਵੀ ਕੀ ਕਰਨਗੀਆਂ? ਸੋ ਟਾਈਮ ਆ ਸਾਰਿਆਂ ਦੇ ਇਕਜੁੱਟ ਹੋਣ ਦਾ, ਸਾਰੇ ਜਿੰਨਾ ਵੀ ਜਿਹੜੀ ਵੀ ਕੋਈ ਪਾਰਟੀ ਆ ਜਾਂ ਜਿਹੜਾ ਵੀ ਕੋਈ ਕਿਸਾਨ ਆ, ਕੋਈ ਪੰਜਾਬ ਦਾ ਰਹਿਣ ਵਾਲਾ ਹੈ, ਉਹ ਜਿੰਨਾ ਵੀ ਯੋਗਦਾਨ ਪਾ ਸਕਦਾ ਉਹ ਪਾਉਣ ਇਸ ਚੀਜ਼ ਸੰਗਤ। ਬਹੁਤ ਧੰਨਵਾਦ ਜੀ। ਇਹ ਸੀ ਸਾਡਾ ਗੱਲਬਾਤ ਕੀਤੀ ਜਪਜੀ ਖੇੜਾ, ਜਿਹੜੇ ਕਿ ਫਿਲਮੀ ਅਦਾਕਾਰ ਆਏ ਨੇ, ਅਤੇ ਉਹਨਾਂ ਨੇ ਕਿਸਾਨਾਂ ਹੱਕ 'ਚ ਡਟ ਕੇ ਜਿਹੜੀ ਇੱਕ ਗੱਲਬਾਤ ਕੀਤੀ, ਅਤੇ ਉਹਨਾਂ ਕਿਹਾ ਨੌਜਵਾਨ ਪੀੜ੍ਹੀ ਨੂੰ ਵੀ ਉਹ ਵੀ ਜਿਹੜੇ ਅੱਗੇ ਆ ਕੇ ਜਿਹੜਾ ਡਟਣ, ਕਿਉਂਕਿ ਇਹ ਕਿਸਾਨਾਂ ਦਾ ਮੁੱਦਾ ਨਹੀਂ, ਸਾਰੇ ਲੋਕ ਦਾ ਮੁੱਦਾ ਵਾ, ਸਾਡੇ ਅੰਨਦਾਤਾ ਕਿਹਾ ਜਾਂਦਾ ਵਾ, ਅੱਜ ਕਿਤੇ ਕਿਤੇ ਸੜਕਾਂ 'ਤੇ ਰਹਿਣ ਨੂੰ ਮਜਬੂਰ ਹੋ ਗਿਆ ਹੈ। ਅੰਮ੍ਰਿਤਸਰ ਤੋਂ ਪੰਜਾਬੀ ਲੋਕ ਚੈਨਲ ਲਈ ਹਰਜੀਤ ਗਰੇਵਾਲ ਦੀ ਖਾਸ ਰਿਪੋਰਟ।